ਦੀ ਹਰ ਜੀਵ 'ਚ ਇੱਕ ਸ਼ਕਤੀ ਹੁੰਦੀ ਹੈ। ਮੈਨੂੰ ਤਾਂ ਤੇਰੇ ਵਿੱਚ ਕੋਈ ਸ਼ਕਤੀ ਨਹੀਂ ਦਿਸਦੀ। ਇੱਕ ਮੁਕਾਬਲਾ ਹੋ ਜਾਵੇ। ਹਾਂ, ਆਪਾਂ ਬੂਟੇ ਖਰਗੋਸ਼ ਕੋਲ ਜਾਵਾਂਗੇ। ਜਿਹੜਾ ਪੋਲਾ ਪਹਿਲਾਂ ਪਹੁੰਚੇਗਾ ਉਹੀ ਜੇਤੂ ਹੋਊਗਾ। ਰੋਕਾ ਤੋਂ ਗਏ। ਓਹੋ, ਮੈਂ ਨਦੀ ਪਾਰ ਕਿਵੇਂ ਕਰਾਂ? ਤੂੰ ਤਾਂ ਉੱਡ ਕੇ ਨਦੀ ਪਾਰ ਕਰ ਲਏਗੀ। ਕੁਛ ਨਹੀਂ, ਤਾਂ ਨਦੀ ਵਿੱਚ ਡੁੱਬ ਜਾਵਾਂਗਾ। ਕੁਛ ਨਹੀਂ ਹੁੰਦਾ, ਆਪਾਂ ਨਦੀ ਦੇ ਦੂਜੇ ਕਿਨਾਰੇ ਛੁੱਟਣੇ ਸ਼ੁਰੂ ਕਰ ਲੈਂਦੇ ਹਾਂ। ਤਰੰਗੀਏ ਤਿੱਤਲੀਏ, ਜੇ ਤੁਸੀਂ ਫੁੱਲਾਂ ਦਾ ਧੂੜਾ ਇੱਕ ਫੁੱਲ ਤੋਂ ਦੂਜੇ ਫੁੱਲਾਂ ਤੱਕ ਨਾ ਲੈ ਕੇ ਜਾਣ ਤਾਂ ਫੁੱਲ ਕਿਵੇਂ ਖਿੜਨ? ਜੰਗਲ ਹਰਾ ਭਰਾ ਕਿਵੇਂ ਹੋਵੇ? ਆਪਣਾ ਦਿਲ ਨਾ ਛੋਟਾ ਕਰ, ਆਪਣਾ ਦਿਲ ਨਾ ਛੋਟਾ ਕਰ। ਮੈਂ ਹਾਰ ਜਾਣੀ, ਤੂੰ ਜਿੱਤ ਜਾਣੀ। ਤਰੰਗੀਏ ਤਿੱਤਲੀਏ, ਜਿਹੜੀ ਗੱਲ ਤੂੰ ਮੈਨੂੰ ਸਮਝਾਉਣਾ ਚਾਹੁੰਦੀ ਸੀ ਮੈਂ ਸਮਝ ਗਿਆ। ਕੋਈ ਨਹੀਂ ਛੋਟਾ ਹੁੰਦਾ, ਸਾਰਿਆਂ ਦੀ ਆਪਦੀ ਸ਼ਕਤੀ ਹੁੰਦੀ ਹੈ।